ठीक है सर। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਸਮਾਜ ਸੇਵਾ ਸੈਟੀ ਰਿਸੜ ਮੋਗਾ ਵੱਲੋਂ SSP ਸਾਹਿਬ ਨੂੰ ਮਿਲੇ ਹਾਂ, ਕਿਉਂਕਿ ਅਸੀਂ ਲਵਾਰਸ ਡੈੱਡ ਬੋਡੀਆਂ ਦੀ ਇੱਕੋ ਇੱਕ ਸੰਸਥਾ ਜਿਹੜੀ ਮੋਗੇ ਦੇ ਵਿੱਚ ਲਵਾਰਸ ਡੈੱਡ ਬੋਡੀਆਂ ਦੇ ਸੰਸਕਾਰ ਕਰਦੀ ਹੈ, ਉਹਦੇ ਸੰਬੰਧ ਦੇ ਵਿੱਚ ਜੋ ਸਾਨੂੰ ਮੁਸ਼ਕਲਾਂ ਆਉਂਦੀਆਂ ਜਾਂ ਜੋ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਆਉਂਦੀਆਂ, ਉਹਨਾਂ ਦੇ ਧਿਆਨ 'ਚ ਲਿਆਉਂਦੀਆਂ ਗਈਆਂ ਵੀ ਸਾਨੂੰ ਆਹ ਮੁਸ਼ਕਲਾਂ ਆਉਂਦੀਆਂ, ਅਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਤੁਹਾਡੀਆਂ ਜਲਦੀ ਅਸੀਂ ਹੱਲ ਕਰਵਾ ਕੇ ਦੇਵਾਂਗੇ, ਤੁਹਾਨੂੰ ਕੋਈ ਇਹੋ ਜਿਹੀ ਸਮੱਸਿਆ ਨਹੀਂ ਆਉਣੀ। ਅਸੀਂ ਇਸ ਗੱਲ 'ਤੇ ਖੁਸ਼ ਵੀ ਹਾਂ, ਅਤੇ ਬਾਕੀ ਕਿਉਂਕਿ ਉਹ ਬਹੁਤ ਵਧੀਆ ਇਨਸਾਨ ਹੈ, ਮਤਲਬ ਜਿੰਨੇ ਦੇਰ ਦੇ ਸ਼ਹਿਰ 'ਚ ਆਏ ਹੈ ਅਤੇ ਉਹ ਬਹੁਤ ਸੋਹਣਾ ਕੰਮ ਕਰਦੇ ਆ, ਕਿਉਂਕਿ ਅਸੀਂ ਜਿਹੜੀ ਸਾਡੀ ਸਮਾਜ ਸੇਵਾ ਸੈਟੀ ਹੈ, ਜਿਹੜੇ ਕਿਉਂਕਿ ਹਰੇਕ ਬੰਦਾ ਚਾਹੁੰਦਾ ਵੀ ਪੁਲਿਸ ਅਫਸਰ ਕੋਈ ਮਾੜਾ ਹੁੰਦਾ ਉਹਦੀ ਸ਼ਿਕਾਇਤ ਕਰਿਆ ਉਹ, ਅਸੀਂ ਇਹ ਚਾਹੁੰਦੇ ਹੁੰਦੇ ਵੀ ਜੇ ਕੋਈ ਪੁਲਿਸ ਅਫਸਰ ਜਾਂ ਕੋਈ ਪੁਲਿਸ ਮੁਲਾਜ਼ਮ ਚੰਗਾ ਕੰਮ ਕਰਦਾ ਉਹਦਾ ਮਾਨ ਸਨਮਾਨ ਵੀ ਹੋਣਾ ਚਾਹੀਦਾ, ਕਰਦੇ ਵੀ ਰਹਾਂਗੇ ਕਰਦੇ ਵੀ ਹਾਂ, ਉਹ ਅਸੀਂ ਉਹਨਾਂ ਦਾ ਇਸ ਖੁਸ਼ੀ ਦੇ ਵਿੱਚ ਮਾਨ ਸਨਮਾਨ ਕਰਕੇ ਆਏ ਹਾਂ ਕਿਉਂਕਿ ਵਧੀਆ ਅਫਸਰ ਮੋਗੇ ਨੂੰ ਮਿਲਿਆ। ਕਿੰਨਾ ਕੁ ਆਸ਼ਵਾਸਨ ਤੁਹਾਨੂੰ ਦਿੱਤਾ ਅਤੇ ਕੀ ਕਿੰਨੀਆਂ ਜ਼ਰੂਰਤਾਂ ਤੁਹਾਨੂੰ ਉਹਨਾਂ ਨੇ ਕਿਹਾ ਵੀ ਕਰਦੇ ਆਏ? ਦੇਖੋ ਜੀ, ਸਾਡੀਆਂ ਜਿਹੜੀਆਂ ਕਾਫੀ ਜ਼ਰੂਰਤਾਂ, ਇੱਕ ਉਹਨਾਂ ਨੇ ਕਹੀ ਹੈ ਸਾਨੂੰ ਗੱਲ ਵੀ ਜਿਹੜਾ ਤੁਹਾਨੂੰ ਇਲੈਕਟ੍ਰੋਨਿਕ ਦਾ ਪਲਾਂਟ ਲਾਉਣਾ ਚਾਹੀਦਾ, ਕਿਉਂਕਿ ਉਹ ਤੁਸੀਂ ਸਾਡਾ ਕੁਛ ਸਹਿਯੋਗ ਦਿਓ, ਕੁਛ ਅਸੀਂ ਹੈਲਪ ਕਰਦੇ ਹਾਂ ਸਰਕਾਰ ਵੱਲੋਂ ਜਾ ਕੇ NRI ਵੀਰਾਂ ਨਾਲ ਸਲਾਹ ਕਰਕੇ ਵੀ ਤੁਹਾਨੂੰ ਉਹ ਜਿਹੜਾ ਸਾਨੂੰ ਕਿਉਂਕਿ ਲੱਕੜ ਦੀ ਬਹੁਤ ਮੁਸ਼ਕਲ ਆਉਂਦੀ ਹੈ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ 100% ਇਲੈਕਟ੍ਰੋਨਿਕ ਉਹਦੇ ਕਹਿਣ ਨੂੰ ਲਵਾ ਕੇ ਦੇਵਾਂਗੇ ਵੀ ਜਿਹਦੇ ਨਾਲ ਤੁਸੀਂ ਆਮ ਵਿਅਕਤੀ ਦਾ ਸੰਸਕਾਰ ਕਰ ਸਕੋ। ਤੁਹਾਡੇ ਕੋਲ ਐਂਬੂਲੈਂਸਾਂ ਵੀ ਕਾਫੀ ਨੇ ਤੇ ਉਹਨਾਂ ਨੂੰ ਖੜਾਉਣ ਵਾਸਤੇ ਵੀ ਕੋਈ ਪਰੇਸ਼ਾਨੀ ਉਹਦੇ ਬਾਰੇ? ਹਾਂ, ਉਹਨਾਂ ਦੀ ਜਗ੍ਹਾ ਵੀ ਅਸੀਂ ਮੰਗੀ ਹੈ ਜੀ, ਜੇ ਸਾਨੂੰ ਉਹਨਾਂ ਵਾਸਤੇ ਜਗ੍ਹਾ ਮਿਲ ਜੇ, ਕਿਉਂਕਿ ਸਾਡੇ ਕੋਲ 4 ਗੱਡੀਆਂ, ਸਾਡੇ ਕੋਲ ਜਗ੍ਹਾ ਹੈ ਨਹੀਂ ਗੀ, ਕਿਉਂਕਿ ਉਹ ਸਾਨੂੰ ਜਗ੍ਹਾ ਦੀ ਮੰਗ ਅਸੀਂ ਕੀਤੀ ਹੈ, MLA ਸਾਹਿਬ ਤੋਂ ਵੀ ਕੀਤੀ ਸੀ, ਇਹਨਾਂ ਤੋਂ ਵੀ ਕੀਤੀ ਹੈ, ਜੇ ਸਾਨੂੰ ਕਿਤੇ ਗੱਡੀਆਂ